ਇਹ ਹੈ ਜੀ ਪਾਕਿਸਤਾਨ ਦਾ ਬਾਰਡਰ ਅਤੇ ਨਾਲ ਭਾਰਤ ਦਾ। ਅਸੀਂ ਸਾਰੇ ਜਣੇ ਪਾਕਿਸਤਾਨ ਗਏ ਸਾਂ ਤਾਂ ਦੇਖ ਸਕਦੇ ਹੋ ਬਹੁਤ ਵਧੀਆ ਸ਼ੂਟ ਹੋ ਰਿਹਾ। ਇਹ ਸਾਡੇ ਇੱਧਰ ਸੈਨਾ ਦੇ ਸਵਾਨ ਜਵਾਨ ਖੜ੍ਹੇ ਆ, ਬਾਕੀ ਪਾਕਿਸਤਾਨ ਦੇ ਆ। ਤੁਸੀਂ ਦੇਖ ਸਕਦੇ ਹੋ ਵੀਰ ਗੁਰਜੋਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਰਤ ਪਾਕਿਸਤਾਨ ਹੱਦ ਉੱਤੇ ਖੜ੍ਹੇ ਹੋਏ ਹਾਂ। ਇਹ ਸਾਹਮਣੇ ਪਾਕਿਸਤਾਨ ਹੈ ਜੀ, ਤਾਂ ਇੱਧਰ ਭਾਰਤ ਹੈ। ਸੋ ਬਹੁਤ ਚੰਗਾ ਲੱਗਿਆ ਜੀ ਦਰਸ਼ਨ ਮੇਲੇ ਕਰਕੇ। ਸਵੇਰ ਦੇ ਅਸੀਂ ਗਏ ਹੋਏ ਹਾਂ ਤਾਂ ਸੰਗਤਾਂ ਦਾ ਜਿਹੜਾ ਉਤਸ਼ਾਹ ਸੀ ਉਹ ਵੇਖਣ ਵਾਲਾ ਮਿਲਿਆ। ਤਾਂ ਬੜੇ ਸੁਚੱਜੇ ਢੰਗ ਦੇ ਨਾਲ ਖੁੱਲ੍ਹੇ ਦਰਸ਼ਨ ਦੀਦਾਰ ਜਿਹੜੇ ਨੇ ਉੱਥੇ ਹੋਏ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਖੂਹ ਜਿੱਥੇ ਗੁਰੂ ਸਾਹਿਬ ਜੀ ਖੇਤੀਬਾੜੀ ਕਰਦੇ ਰਹੇ ਉਹ ਸਥਾਨ, ਅਤੇ ਕਰਤਾਰਪੁਰ ਸਾਹਿਬ ਦੇ ਜਿਹੜੇ ਸੀਗੇ ਮੇਨ ਬਾਜ਼ਾਰ, ਤਾਂ ਬਾਕੀ ਸਾਰਾ ਦਰਬਾਰ ਹਾਲ ਸਭ ਕੁਝ ਜਿਹੜਾ ਦੇਖਣ ਨੂੰ ਮਿਲਿਆ। ਗੁਰਮਤਿ ਐਜੂਕੇਸ਼ਨ ਸੋਸਾਇਟੀ USA ਵੱਲੋਂ ਜਿਹੜੀ ਬੁੱਕ ਛਾਪੀ ਗਈ ਸੀ ਤਾਂ ਪ੍ਰਿੰਟ ਆਊਟ ਹੋ ਕੇ ਆਈ ਹੈ, ਉਹ ਬੁੱਕ ਅਸੀਂ ਅੱਜ ਉੱਥੇ ਰਿਲੀਜ਼ ਕਰਕੇ ਆਏ ਹਾਂ। ਤਾਂ ਗੁਰੂ ਸਾਹਿਬ ਕਿਰਪਾ ਕਰਨ, ਇਹ ਇੱਕ ਇਤਿਹਾਸਕ ਪਲ ਨੇ। ਤਾਂ ਇਹ ਕਿਤਾਬ ਜਿਹੜੀ ਹੈ ਅੱਜ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਰਿਲੀਜ਼ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਖੇਪ ਜਾਣਕਾਰੀ ਜੋ ਦਾਸ ਵੱਲੋਂ ਲਿਖੀ ਗਈ ਸੀ। ਸੋ ਮੈਂ ਧੰਨਵਾਦ ਕਰਦਾ ਮੇਰੇ ਬਹੁਤ ਹੀ ਸਹਿਯੋਗੀ ਸੱਜਣਾਂ ਦਾ, ਵੀਰ ਮਨਪ੍ਰੀਤ ਸਿੰਘ ਜੀ, ਸਾਰਿਆਂ ਦਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।